ਪੰਜਾਬ ਭਰ ਤੋਂ ਆਏ ਮੋਟਰਸਾਈਕਲ ਰੇਹੜੀ ਮਜ਼ਦੂਰਾਂ ਵੱਲੋਂ ਧੂਰੀ ਵਿੱਚ ਲਲਕਾਰ ਰੈਲੀ ਕਰਕੇ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ 8 ਅਗਸਤ ਤੋਂ ਬੰਦ ਹੋਣ ਜਾ ਰਹੀ 2-ਪਹੀਆ ਮੋਟਰਸਾਈਕਲ ਰੇਹੜੀਆਂ ਨੂੰ ਬਹਾਲ ਕੀਤਾ ਜਾਵੇ। ਪੰਜਾਬ ਭਰ ਤੋਂ ਆਏ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਲੰਬੇ ਸਮੇਂ ਤੋਂ ਇਸ ਰੋਜ਼ਗਾਰ ਨਾਲ ਜੁੜੇ ਹੋਏ ਹਨ ਅਤੇ ਇਹਨਾਂ 2-ਪਹੀਆ ਮੋਟਰਸਾਈਕਲ ਰੇਹੜੀਆਂ ਨੂੰ ਚਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ, ਪਰ ਹਾਈ ਕੋਰਟ ਦੇ ਹੁਕਮਾਂ ਦੇ ਚਲਦੇ ਇਹ ਹੁਣ 8 ਅਗਸਤ ਤੋਂ ਬੰਦ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਸੁਣਵਾਈ ਨਾ ਕੀਤੀ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ। ਉਹਨਾਂ ਕਿਹਾ ਕਿ ਉਹ ਇੱਕ ਸ਼ਰਤ ਤੇ ਰੇਹੜੀਆਂ ਬੰਦ ਕਰ ਸਕਦੇ ਹਨ ਕਿ ਸਰਕਾਰ ਉਹਨਾਂ ਨੂੰ ਰੋਜ਼ਗਾਰ ਦੇਵੇ। ਧੂਰੀ ਵਿਖੇ ਦਾਣਾ ਮੰਡੀ ਦੇ ਵਿੱਚ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਲਲਕਾਰ ਰੈਲੀ ਰੱਖੀ ਹੈ। ਪੰਜਾਬ ਦੇ ਜਿੰਨੇ ਵੀ ਮੋਟਰਸਾਈਕਲ ਰੇਹੜੀ ਮਜ਼ਦੂਰ ਨੇ, ਅਸੀਂ ਮੋਟਰਸਾਈਕਲ ਰੇਹੜੀ ਮਜ਼ਦੂਰ ਰੁਜ਼ਗਾਰ ਬਚਾਓ ਸੰਘਰਸ਼ ਕਮੇਟੀ ਔਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਅੱਜ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਲਲਕਾਰ ਰੈਲੀ ਰੱਖੀ ਹੈ, ਕਿਉਂਕਿ ਪੰਜਾਬ ਦੀ ਜਿਹੜੀ ਮਾਨ ਸਰਕਾਰ ਹੈ ਇਹ ਅਗਲੀ 8 ਤਰੀਕ ਨੂੰ 8 ਅਗਸਤ ਨੂੰ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਮਤਲਬ ਪੰਜਾਬ ਦੇ ਵਿੱਚੋਂ ਮਜ਼ਦੂਰਾਂ ਤੋਂ ਰੁਜ਼ਗਾਰ ਖੋਣ ਜਾ ਰਹੀ ਹੈ ਰੇਹੜੀ ਮਜ਼ਦੂਰਾਂ ਦਾ, ਜਿਹੜੀ ਮੋਟਰਸਾਈਕਲ ਰੇਹੜੀ ਮਜ਼ਦੂਰ ਨੇ ਇਹਨਾਂ ਰੇਹੜੀਆਂ ਨੂੰ ਬੰਦ ਕਰਾਉਣ ਜਾ ਰਹੀ ਹੈ। ਇਸ ਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਜਿਹੜੇ ਰੇਹੜੀ ਮਜ਼ਦੂਰ ਨੇ ਉਹ ਧੂਰੀ ਦੀ ਦਾਣਾ ਮੰਡੀ ਇਕੱਠੇ ਹੋਏ ਨੇ, ਲਲਕਾਰ ਰੈਲੀ ਕਰ ਰਹੇ ਹੈ ਔਰ ਪੰਜਾਬ ਦੀ ਮਾਨ ਸਰਕਾਰ ਨੂੰ ਕਹਿਣਾ ਹੈ ਕਿ ਜੇ ਸਾਡੇ ਰੁਜ਼ਗਾਰ ਨੂੰ ਖੋਣ ਦੀ ਕੋਸ਼ਿਸ਼ ਕੀਤੀ, ਸਾਡੇ ਬੱਚਿਆਂ ਨੂੰ ਭੁੱਖੇ ਮਰਨ ਦੀ ਮਜਬੂਰ ਕੀਤਾ, ਸਾਡੀ ਰੋਟੀ ਖੋਹੀ, ਤਾਂ ਪੰਜਾਬ ਦੀ ਮਾਨ ਸਰਕਾਰ ਨੂੰ ਵੀ ਚੈਨ ਨਾਲ ਨਹੀਂ ਰਹਿਣ ਦਿੱਤਾ ਜਾਊਗਾ। ਅੱਜ ਇਹ ਅਸੀਂ ਬੇਨਤੀ ਕਰਨ ਆਏ ਹਾਂ ਪੰਜਾਬ ਦੇ ਮਜ਼ਦੂਰ, ਔਰ ਕਿਉਂਕਿ ਪੰਜਾਬ ਦੇ ਅੰਦਰ ਤੁਸੀਂ ਦੇਖੋਗੇ ਜਿੱਥੇ ਦਲਿਤਾਂ ਦੇ ਉੱਤੇ ਅੱਤਿਆਚਾਰ ਹੋ ਰਹੇ ਨੇ, ਉੱਥੇ ਪੰਜਾਬ ਦੀ ਸਰਕਾਰ ਜਿਹੜਾ ਮੁੱਖ ਮੰਤਰੀ ਮਾਨ ਇਹ ਕਹਿੰਦਾ ਸੀ ਕਿ ਹਰਾ ਪਿੰਨ ਮੇਰਾ ਗਰੀਬਾਂ ਦੇ ਹੱਕ 'ਚ ਚੱਲੂ, ਸਾਡੀ ਸਰਕਾਰ ਆਮ ਬੰਦੇ ਦੀ ਹੋਊ, ਤਾਂ ਤੁਸੀਂ ਦੇਖੋਗੇ ਇੱਕ ਇੱਕ ਕਰਕੇ ਉਹ ਪੰਜਾਬ ਦੇ ਮਜ਼ਦੂਰਾਂ ਦੇ ਖਿਲਾਫ ਨੀਤੀਆਂ ਵੀ ਬਣਾ ਰਹੇ ਨੇ, ਮਜ਼ਦੂਰਾਂ ਤੋਂ ਹੱਕ ਵੀ ਖੋ ਰਹੇ ਨੇ। ਚਾਹੇ ਤੁਸੀਂ ਮਤਲਬ SC ਕਮਿਸ਼ਨ ਦੀ ਗਿਣਤੀ ਘਟਾਉਣ ਤੋਂ ਦੇਖਿਆ ਜਾ ਸਕਦਾ ਜਾਂ ਹੋਰ ਸਵਾਲ ਦੇਖੇ ਜਾ ਸਕਦੇ ਨੇ, ਮਤਲਬ ਬਾਕੀ ਚੀਜ਼ਾਂ ਤਾਂ ਦੂਰ ਦੀ ਗੱਲ ਹੈ। ਅੱਜ ਪੰਜਾਬ ਦੇ ਲੋਕ ਹੜ੍ਹਾਂ ਅਤੇ ਮੀਂਹ ਦੇ ਕਾਰਨ ਮੁਸੀਬਤਾਂ ਦੇ ਵਿੱਚ ਫਸੇ ਹੋਏ ਨੇ, ਪਰ ਪੰਜਾਬ ਦੀ ਮਾਨ ਸਰਕਾਰ ਨੇ ਉਹਨਾਂ ਲਈ ਕੋਈ ਬਾਂਹ ਨਹੀਂ ਫੜੀ। ਕਰੋੜਾਂ ਰੁਪਈਆ ਆਪਦੀ ਫੋਕੀ ਸ਼ੋਹਰਤ ਦੇ ਉੱਤੇ ਉਹਨਾਂ ਨੇ ਕਰੋੜਾਂ ਰੁਪਈਆ ਪਾਣੀ ਦੀ ਤਰ੍ਹਾਂ ਬਹਾਤਾ, ਵੱਡੇ ਵੱਡੇ ਬੋਰਡ ਲਾ ਕੇ, ਇਸ਼ਤਿਹਾਰ ਲਾ ਕੇ। ਇਸ ਲਈ ਅਸੀਂ ਇਹ ਮੰਗ ਕਰਨ ਆਏ ਹਾਂ ਕਿ ਅਸੀਂ ਕੋਈ ਨੌਕਰੀ ਨਹੀਂ ਚਾਹੁੰਦੇ, ਅਸੀਂ ਕੋਈ ਕੁਰਸੀ 'ਤੇ ਨਹੀਂ ਬੈਠਣਾ ਚਾਹੁੰਦੇ, ਅਸੀਂ ਮਜ਼ਦੂਰ ਦਿਹਾੜੀ ਕਰਨਾ ਚਾਹੁੰਦੇ ਨੇ, ਸਾਡੇ ਮਜ਼ਦੂਰਾਂ ਨੂੰ ਦਿਹਾੜੀ ਕਰਨ ਦਾ ਹੱਕ ਦਿੱਤਾ ਜਾਵੇ, ਤੁਸੀਂ ਨੌਕਰੀ ਤਾਂ ਦੇ ਨਹੀਂ ਸਕਦੇ। ਇਹ ਸਵਾਲ ਅਸੀਂ ਪੰਜਾਬ ਦੀ ਮਾਨ ਸਰਕਾਰ ਨੂੰ ਕਰਨ ਆਏ ਹਾਂ, ਤਾਂ ਇਸ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਮਾਨ ਸਰਕਾਰ ਨੂੰ ਕਿ ਉਹੀ ਮਜ਼ਦੂਰ ਨੇ ਜਿਨ੍ਹਾਂ ਨੇ ਆਪਦੀ ਜੇਬ 'ਚੋਂ ਪੈਸਾ ਖਰਚ ਕਰਕੇ ਤੁਹਾਡੀ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਤੁਹਾਨੂੰ ਵੋਟਾਂ ਪਾ ਕੇ ਕੁਰਸੀ 'ਤੇ ਬਹਾਇਆ, ਇਹਨਾਂ ਦਾ ਰੁਜ਼ਗਾਰ ਸੁਰੱਖਿਅਤ ਰੱਖੋ, ਇਹਨਾਂ ਵਾਲੇ ਵੀ ਨੀਤੀ ਰੱਖੋ, ਧਿਆਨ ਰੱਖੋ। ਕੰਪਨੀਆਂ ਨੇ ਵੋਟਾਂ ਨਹੀਂ ਪਾਉਣੀਆਂ ਜਿਨ੍ਹਾਂ ਕੰਪਨੀਆਂ ਦਾ ਮਾਲ ਮਾਨ ਨੇ ਵਿਕਾਉਣਾ ਗਾ। ਕੰਪਨੀਆਂ ਪੈਸਾ ਦੇ ਸਕਦੀਆਂ ਨੇ, ਵੋਟ ਨਹੀਂ ਬਣਾ ਸਕਦੀਆਂ, ਪਰ ਇਹ ਲੋਕ ਨੇ ਜਿਹੜੇ ਵੋਟ ਵੀ ਪਾਉਂਦੇ ਨੇ, ਇਕੱਠ ਵੀ ਕਰਦੇ ਨੇ। ਜੇ ਇਹਨਾਂ ਦੇ ਰੁਜ਼ਗਾਰ ਨੂੰ ਖੋਣ ਦੀ ਕੋਸ਼ਿਸ਼ ਕੀਤੀ ਤਾਂ 21 ਨੂੰ 31 ਪਾ ਦਾਂਗੇ। ਅਸੀਂ ਇਹ ਕਹਿਣ ਆਏ ਹਾਂ ਸਰਕਾਰ ਨੂੰ, ਇਹੀ ਬੇਨਤੀ ਕਰਨ ਆਏ ਹਾਂ। ਅੱਜ ਅਸੀਂ ਸ਼ਹਿਰ ਦੇ ਵਿੱਚ ਮਾਰਚ ਕਰਾਂਗੇ। ਇਦੋਂ ਪਹਿਲਾਂ ਅਸੀਂ ਦਿੜਬੇ ਦੇ ਵਿੱਚ ਵਿੱਤ ਮੰਤਰੀ ਹਰਪਾਲ ਚੀਮੇ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦੇ ਚੁੱਕੇ ਹਾਂ। ਅੱਜ ਸਾਡਾ ਕੋਈ ਮੰਗ ਪੱਤਰ ਨਹੀਂ ਦੇਣਾ, ਕਿਉਂਕਿ ਮੰਗ ਪੱਤਰ ਸਰਕਾਰ ਕੋਲ ਪਹੁੰਚ ਚੁੱਕਿਆ। ਅੱਜ ਅਸੀਂ ਬੇਨਤੀ ਕਰਨ ਆਏ ਹਾਂ ਕਿ ਰੇਹੜੀ ਮਜ਼ਦੂਰਾਂ ਨੂੰ ਸਰਕਾਰ ਮੀਟਿੰਗ ਕਰੇ, ਸਾਡੇ ਜਿਹੜੇ ਮਸਲੇ ਨੇ ਉਹ ਹੱਲ ਕਰੇ, ਸਾਨੂੰ ਜਿਹੜੀ ਨਿਰਦੇਸ਼ ਦੇਣੀ ਆ ਸਰਕਾਰ ਨੇ ਸਾਨੂੰ ਦੇਵੇ, ਔਰ ਅਸੀਂ ਰੁਜ਼ਗਾਰ ਕਰਨਾ ਚਾਹੁੰਦੇ ਹਾਂ, ਦਿਹਾੜੀ ਕਰਨਾ ਚਾਹੁੰਦੇ ਹਾਂ, ਦਿਹਾੜੀ ਦਾ ਸਾਡੇ ਮਜ਼ਦੂਰਾਂ ਨੂੰ ਹੱਕ ਦੇਵੇ, ਇਹ ਬੇਨਤੀ ਕਰਨਾ ਹੈ। ਦੇਖੋ ਜੇ ਸੁਣਵਾਈ ਨਾ ਹੋਈ, ਡੰਡੇ 'ਤੇ ਝੰਡਾ ਪਾਇਆ ਹੋਇਆ, ਉਹਦੇ ਵਾਸਤੇ ਸਾਨੂੰ ਕਿਸੇ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ। ਪੰਜਾਬ ਦੇ ਚੱਪਾ ਚੱਪਾ ਜਾਮ ਕਰ ਦਿਆਂਗੇ ਜੇ ਸਾਡੇ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਖੋਣ ਦੀ ਕੋਸ਼ਿਸ਼ ਕੀਤੀ, ਇਹ ਲਲਕਾਰ ਕਰਨਾ ਹੈ। ਅੱਜ ਇੱਥੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਭਗਵੰਤ ਸਿੰਘ ਸਮਾਓ ਜੀ, ਉਹ ਮਜ਼ਦੂਰਾਂ ਦੀ ਲੜਾਈ, ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ। ਅੱਜ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਰੇਹੜੀ ਜੁਗਾੜੂ ਰੇਹੜੀ ਮਜ਼ਦੂਰ ਯੂਨੀਅਨ ਇੱਕ ਕਮੇਟੀ ਬਣੀ ਹੈ ਔਰ ਸਾਰੇ ਰੇਹੜੀ ਯੂਨੀਅਨ ਵਾਲੇ ਆਗੂ ਉਹਨਾਂ ਨਾਲ ਰਲ ਕੇ ਭਗਵੰਤ ਸਿੰਘ ਸਮਾਓ ਜੀ ਦੇ ਜਿਹੜੇ ਨੇ
ਉਹ ਆਗੂ ਬਣ ਕੇ ਪੰਜਾਬ ਸਰਕਾਰ ਜੋ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਜਾ ਰਹੀ ਹੈ ਔਰ ਉਹਨਾਂ ਨੇ ਪੰਜਾਬ ਦੇ ਵਿੱਚ ਉਹ ਸਮਝਦੇ ਨੇ ਵੀ ਸਿਰਫ ਪੰਜਾਬ ਦੇ ਵਿੱਚ ਕਿਸਾਨ ਹੀ ਰਹਿੰਦੇ ਆ ਉਹ ਅਸੀਂ ਕਹਿੰਦੇ ਆ ਵੀ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ ਅਸੀਂ ਵੀ ਕਹਿੰਦੇ ਆ ਲੇਕਿਨ ਪੰਜਾਬ 'ਚ ਇਕੱਲੇ ਕਿਸਾਨ ਹੀ ਨਹੀਂ ਰਹਿੰਦੇ ਪੰਜਾਬ 'ਚ ਵਪਾਰੀ ਵੀ ਰਹਿੰਦਾ ਪੰਜਾਬ ਦੇ ਵਿੱਚ ਮਜ਼ਦੂਰ ਵੀ ਰਹਿੰਦਾ ਪੰਜਾਬ 'ਚ ਹਿੰਦੂ ਮੁਸਲਮਾਨ ਸਿੱਖ ਸਭ ਵਰਗ ਦੇ ਲੋਕ ਰਹਿੰਦੇ ਨੇ ਲੇਕਿਨ ਮਜ਼ਦੂਰਾਂ ਨਾਲ ਹਮੇਸ਼ਾ ਕਾਣੀ ਵੰਡ ਕੀਤੀ ਗਈ ਆ ਔਰ ਮਜ਼ਦੂਰ ਜਿਹੜਾ ਹੈ ਅਸਲ ਕਿਸਾਨ ਉਹੀ ਹੈ ਖੇਤਾਂ ਦੇ ਵਿੱਚ ਉਹ ਕੰਮ ਕਰਦਾ ਲੇਕਿਨ ਉਹਨਾਂ ਦੇ ਹੱਕ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ ਅਤੇ ਉਹਨਾਂ ਨੂੰ ਦਾ ਰੁਜ਼ਗਾਰ ਜਿਹੜਾ ਹੈ ਉਹ ਬੰਦ ਨਾ ਹੋਵੇ ਇਸ ਕਰਕੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਲਲਕਾਰ ਰੈਲੀ ਜਿਹੜੀ ਹੈ ਇਹਦੇ ਥਰੂ ਉਹਨਾਂ ਨੂੰ ਦੱਸਣ ਵਾਸਤੇ ਆਏ ਹਾਂ ਕਿ ਅਗਰ ਉਹਨਾਂ ਦੇ ਹੱਕ ਮਜ਼ਦੂਰਾਂ ਦੇ ਨਹੀਂ ਮਿਲਦੇ ਤਾਂ ਸੰਘਰਸ਼ ਇਸ ਤੋਂ ਵੀ ਜ਼ਿਆਦਾ ਤਿੱਖਾ ਕੀਤਾ ਜਾਵੇਗਾ ਕੀ ਬਰੋਚਾ ਧੂਰੀ ਤੋਂ ਜੀ ਜਿਹੜਾ ਜਗਾੜੂ ਰੇੜੀ ਯੂਨੀਅਨ ਵੱਲੋਂ ਜਿਹੜੀ ਅੱਜ ਲਲਕਾਰ ਰੈਲੀ ਰੱਖੀ ਗਈ ਹੈ ਸਾਡੀ ਪੂਰੀ ਪੰਜਾਬ ਦੀ ਜਥੇਬੰਦੀ ਇਹਦਾ ਜਿਹੜੀ ਰੈਲੀ ਦਾ ਸਮਰਥਨ ਕਰਦੀ ਹੈ ਕਿਉਂ ਕਿੱਥੇ ਸਰਕਾਰ ਮਾਨ ਸਰਕਾਰ ਕਹਿੰਦੀ ਸੀ ਵੀ ਤੁਸੀਂ ਮੈਨੂੰ ਹਰਾ ਪੈਨ ਦਿਓ ਇਹ ਗਰੀਬਾਂ ਦੇ ਹੱਕ 'ਚ ਚੱਲੂਗਾ ਪਰ ਉਹ ਹਰਾ ਪੈਨ ਅੱਜ ਗਰੀਬਾਂ ਦੇ ਖਿਲਾਫ ਚੱਲ ਰਿਹਾ ਰੁਜ਼ਗਾਰ ਤਾਂ ਸਰਕਾਰ ਦੇ ਨਹੀਂ ਸਕਦੀ ਪਰ ਰੁਜ਼ਗਾਰ ਖੋਈ ਜ਼ਰੂਰ ਜਾ ਰਹੀ ਹੈ ਇਹ ਸਰਕਾਰਾਂ ਜਿਹੜੀਆਂ ਨੇ ਪਹਿਲਾਂ ਦੀ ਨਾਲੋਂ ਸਰਕਾਰਾਂ ਨਾਲੋਂ ਵੀ ਬਹੁਤ ਮਾੜੀ ਸਰਕਾਰ ਆ ਜਿੱਦਣ ਦੀ ਇਹ ਪੰਜਾਬ ਦੇ ਵਿੱਚ ਸਰਕਾਰ ਆਈ ਹੈ ਦਿਨੋ ਦਿਨ ਦਲਿਤ ਭਾਈਚਾਰੇ 'ਤੇ ਅੱਤਿਆਚਾਰ ਵਧੀ ਜਾ ਰਹੇ ਨੇ ਅਤੇ ਉਹਨਾਂ 'ਤੇ ਤਸ਼ੱਦਦ ਢਾਏ ਜਾ ਰਹੇ ਨੇ ਬਾਈ ਇੱਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਵੀ ਅਸੀਂ ਰੁਜ਼ਗਾਰ ਦਿੰਦੇ ਹਾਂ ਲੋਕਾਂ ਨੂੰ ਸਾਡਾ ਰੁਜ਼ਗਾਰ ਖੋਂਦੇ ਨੇ ਇਹ ਕੀ ਗੱਲ ਬਾਈ ਅਸੀਂ 505,000 ਬੰਦਾ ਸਾਡਾ ਰੁਜ਼ਗਾਰ ਖੋ ਕੇ ਸਾਨੂੰ ਰੁਜ਼ਗਾਰ ਦੇਵੇ ਅਸੀਂ ਆਪਦੇ ਆਪ ਖੜਾ ਦਾਂਗੇ ਇਹ ਰੇੜੀਆਂ ਸਾਨੂੰ ਰੁਜ਼ਗਾਰ ਮਿਲਣਾ ਚਾਹੀਦਾ ਅਸੀਂ ਵੋਟਾਂ ਪਾਈਆਂ ਸਾਡਾ ਹੀ ਰੁਜ਼ਗਾਰ ਖੋਈ ਜਾਂਦਾ ਹੈਗਾ ਇਸ ਤੋਂ ਬਾਅਦ ਵੋਟਾਂ ਨਹੀਂ ਮਿਲਣੀਆਂ ਜੇ ਸਾਡਾ ਰੁਜ਼ਗਾਰ ਮਿਲੂਗਾ ਤਾਂ ਵੋਟਾਂ ਪਾਵਾਂਗੇ ਨਹੀਂ ਵੋਟਾਂ ਨਹੀਂ ਪਾਉਂਦੇ